ਜੇ ਸਰਕਾਰ ਦੇ ਨਾਲ ਕੋਈ ਸਹਿਮਤ ਨਹੀਂ ਹੈ ਇਹ ਇਹ ਥੋੜੀ ਹੈ ਕਿ ਚੱਕ ਕੇ ਉਹਦਾ ਫੋਨ ਤੁਸੀਂ ਟੈਪ ਦੇ ਉੱਤੇ ਲਾ ਦੋਗੇ ਉਹਨਾਂ ਲੋਕਾਂ ਦੀ ਜਸੂਸੀ ਕੀਤੀ ਜਾ ਰਹੀ ਹੈ ਜਿਹੜੇ ਸਰਕਾਰ ਨਾਲ ਸਹਿਮਤ ਨਹੀਂ ਹੈ ਯਾਨੀ ਜਿਨ੍ਹਾਂ ਦੀ ਮੋਦੀ ਸਰਕਾਰ ਦੇ ਨਾਲ ਵਿਚਾਰਕ ਸਹਿਮਤੀ ਨਹੀਂ ਹੈ ਕਿਉਂ ਫੋਨ 'ਚੋਂ ਹਰ ਜਾਣਕਾਰੀ ਸਰਕਾਰ ਤੱਕ ਪਹੁੰਚ ਰਹੀ ਹੈ ਤੁਸੀਂ ਕੀ ਚੈਟ ਕਰ ਰਹੇ ਹੋ ਕੀ ਫੋਨ ਕਰ ਰਹੇ ਹੋ ਕੀ ਸੋਚ ਰਹੇ ਹੋਗੇ ਹਰ ਗੱਲ ਸਰਕਾਰ ਤੱਕ ਪਹੁੰਚ ਰਹੀ ਹੈ ਸਟੇਟ ਜੇ ਡੈਮੋਕਰੈਟਿਕ ਸਟੇਟ ਕਹਿੰਦੇ ਹੋ ਡੈਮੋਕਰੈਟਿਕ ਸਟੇਟ ਦੇ ਅੰਦਰ ਤਾਂ ਕੋਈ ਵੀੰਦਾ ਕਿਸੇ ਤਰ੍ਹਾਂ ਦੇ ਵਿਚਾਰ ਰੱਖ ਸਕਦਾ ਉਹ ਤੁਹਾਡਾ ਸਹਿਮਤ ਨਹੀਂ ਹੋ ਸਕਦਾ ਅੱਤਵਾਦ ਦੇ ਨਾਂ ਉੱਤੇ ਨਿੱਜਤਾ ਤੇ ਜਿਹੜੇ ਹਮਲੇ ਹੋ ਰਹੇ ਆ ਕੀ ਅੱਗੇ ਤੋਂ ਰੁਕਣਗੇ ਦੇਖੋ ਇੱਕ ਤਾਂ ਸੁਪਰੀਮ ਕੋਰਟ ਨੇ ਕਾਫੀ ਜੁਰਤ ਦਿਖਾਈ ਹੈ ਕਿਉਂਕਿ ਅਸੀਂ ਪਿਛਲੇ ਟਾਈਮ ਚ ਦੇਖ ਰਹੇ ਆ ਸੁਪਰੀਮ ਕੋਰਟ ਦੇ ਬਹੁਤ ਸਾਰੇ ਫੈਸਲਿਆਂ ਤੋਂ ਲੋਕ ਨਿਰਾਸ਼ ਵੀ ਹੋਏ ਬਹੁਤ ਸਾਰੀ ਆਲੋਚਨਾ ਵੀ ਹੋਈ ਤਾਂ ਹੁਣ ਸੁਪਰੀਮ ਕੋਰਟ ਨੇ ਜਿਹੜਾ ਜਸਟਿਸ ਰਮੰਨਾ ਦੀ ਅਗਵਾਈ ਚ ਇੱਕ ਸੂਰੇਕਾਂਤ ਇਹਨਾਂ ਦੀ ਅਗਵਾਈ ਚ ਇੱਕ ਵਧੀਆ ਫੈਸਲਾ ਲਿਆ ਜਿਹੜੇ ਇੱਕ ਜੱਜ ਦੀ ਅਗਵਾਈ ਦੇ ਅੰਦਰ ਹੀ ਇੱਕ ਸਾਬਕਾ ਜੱਜ ਦੀ ਅਗਵਾਈ ਚ ਹੀ ਇੱਕ ਕਮੇਟੀ ਬਣੀ ਗਈ ਜਿਹੜੀ 8 ਹਫ਼ਤਿਆਂ ਚ ਰਿਪੋਰਟ ਦੇਵੇਗੀ ਕਿਉਂਕਿ ਸਰਕਾਰ ਮੁਕਰ ਗਈ ਰਾਸ਼ਟਰੀ ਸੁਰੱਖਿਆ ਦੇ ਨਾਂ ਦੇ ਉੱਤੇ ਸਰਕਾਰ ਨੇ ਕਿਹਾ ਸੀ ਕੋਈ ਜਾਣਕਾਰੀ ਨਹੀਂ ਦੇਵਾਂਗੇ ਇੱਕ ਪਾਸੇ ਸਰਕਾਰ ਮੰਨ ਵੀ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਏਜੰਸੀਆਂ ਕਰਦੀਆਂ ਨੇ ਪਰ ਅਸੀਂ ਤਾਂ ਉਹ ਦੇਸ਼ਿਤ ਲਈ ਕਰਦੇ ਹਾਂ ਪਰ ਕੀ ਦੇਸ਼ਿਤ ਦੇ ਨਾਂ ਤੇ ਕੀ ਰਾਸ਼ਟਰੀ ਸੁਰੱਖਿਆ ਦੇ ਨਾਂ ਦੇ ਉੱਤੇ ਕਿਸੇ ਦੀ ਵੀ ਨਿੱਜਤਾ ਦੇ ਨਾਲ ਖੇਡਿਆ ਜਾਏਗਾ ਫਿਰ ਸਟੇਟ ਦਾ ਜੋ ਰੂਲ ਐਂਡ ਰੈਗੂਲੇਸ਼ਨ ਆ ਸਟੇਟ ਕਾਦੇ ਵਾਸਤੇ ਹੁੰਦੀ ਆ ਸਟੇਟ ਇੱਕ ਦਿੰਦੀ ਆ ਕਿ ਮੇਰੇ ਸ਼ਹਿਰੀਆਂ ਦੀ ਸੁਰੱਖਿਆ ਉਹ ਸੁਰੱਖਿਆ ਹਰ ਤਰ੍ਹਾਂ ਦੀ ਸੁਰੱਖਿਆ ਨਿੱਜਤਾ ਦੀ ਸੁਰੱਖਿਆ ਤੋਂ ਲੈ ਕੇ ਬਾਕੀ ਸਿਕਿਉਰ ਸੋਸ਼ਲ ਸਿਕਿਉਰਿਟੀ ਤੋਂ ਲੈ ਕੇ ਹਰ ਤਰ੍ਹਾਂ ਦੀ ਸਿਕਿਉਰਿਟੀ ਸਟੇਟ ਕਹਿੰਦੀ ਅਸੀਂ ਲੋਕਾਂ ਨੂੰ ਦੇਵਾਂਗੇ ਪਰ ਜੇ ਤੁਹਾਡੇ ਨਾਲ ਕਿਸੇ ਦੇ ਵਿਚਾਰਕ ਮਤਭੇਦ ਨੇ ਕਿਸੇ ਸਰਕਾਰ ਦੇ ਨਾਲ ਜੇ ਸਰਕਾਰ ਦੇ ਨਾਲ ਕੋਈ ਸਹਿਮਤ ਨਹੀਂ ਆ ਇਹ ਥੋੜੀ ਆ ਕਿ ਚੱਕ ਕੇ ਉਹਦਾ ਫੋਨ ਤੁਸੀਂ ਟਾਈਪ ਦੇ ਉੱਤੇ ਲਾ ਦੋਗੇ ਜਾਂ ਫਿਰ ਉਹਦੇ ਫੋਨ ਦੇ ਅੰਦਰ ਇੱਕ ਸੌਫਟਵੇਅਰ ਪਾ ਦੋਗੇ ਕਿ ਉਹਦੀ ਹਰ ਜਾਣਕਾਰੀ ਤੁਹਾਨੂੰ ਮਿਲਦੀ ਰਵੇ ਇਸ ਦੇਸ਼ 'ਚ ਬਹੁਤ ਸਾਰੇ ਵਿਚਾਰ ਨੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਨੇ ਠੀਕ ਆ ਕੋਈ ਗੜਬੜ ਕਰਦਾ ਉਹਦੇ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾ ਸਕਦਾ ਪਰ ਪਰ ਤੁਸੀਂ ਇਹ ਸ਼ੱਕ ਦੇ ਬਿਨਾਂ ਦੇ ਉੱਤੇ ਹੀ ਕਿ ਇਹ ਬੰਦਾ ਗੜਬੜ ਕਰ ਸਕਦਾ ਹੈ ਕੀ ਕਰ ਰਿਹਾ ਹੈ ਤੇ ਫੋਨ 'ਚ ਕੀ ਹੋ ਰਿਹਾ ਹੈ ਕਿਹਦੇ ਨਾਲ ਗੱਲ ਕਰ ਰਿਹਾ ਇਹ ਸਾਰੀਆਂ ਜਾਣਕਾਰੀਆਂ ਮੈਂ ਲਵਾਂ ਔਰ ਸਾਰੀ ਦੁਨੀਆ ਦੇ ਅੰਦਰ ਇਹ ਬਹੁਤ ਸਾਰੇ ਮੁਲਕਾਂ ਨੇ ਤਾਂ ਮੰਨੇ ਆ ਬਹੁਤ ਸਾਰੇ ਮੁਲਕਾਂ ਦੇ ਕਿਉਂਕਿ ਇਹ ਬਹੁਤ ਸਾਰੇ ਪੱਤਰਕਾਰਾਂ ਨੇ ਦੁਨੀਆ ਭਰਦਿਆਂ ਨੇ ਰਲ ਕੇ ਇਸ ਗੱਲ ਦੇ ਉੱਤੇ ਖੁਲਾਸਾ ਕੀਤਾ ਉੱਚ ਭਾਰਤ ਦੇ ਵੀ ਉਦਾਰੇ ਸੀ ਜਿਨ੍ਹਾਂ ਦੇ ਅੰਦਰ ਇਹ ਖੁਲਾਸਾ ਹੋਇਆ ਕਿ ਪੈਗਸਸ ਦੇ ਜ਼ਰੀਏ ਕਿਸ ਤਰ੍ਹਾਂ ਜਸੂਸੀ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਦੀ ਜਸੂਸੀ ਕੀਤੀ ਜਾ ਰਹੀ ਹੈ ਜਿਹੜੇ ਸਰਕਾਰ ਨਾਲ ਸਹਿਮਤ ਨਹੀਂ ਹੈ ਯਾਨੀ ਜਿਨ੍ਹਾਂ ਦੀ ਮੋਦੀ ਸਰਕਾਰ ਦੇ ਨਾਲ ਵਿਚਾਰਕ ਸਹਿਮਤੀ ਨਹੀਂ ਹੈ ਉਹ ਚ ਵਿਰੋਧੀ ਧਿਰ ਦੇ ਲੀਡਰ ਨੇ ਉਹ ਚ ਪੱਤਰਕਾਰ ਨੇ ਸੰਪਾਦਕ ਨੇ ਐਨ ਰਾਮ ਹੋਰੀ ਜਿਹੜੇ ਹਿੰਦੂ ਦੇ ਸੰਪਾਦਕ ਹੁੰਦੇ ਸੀ ਦਾ ਹਿੰਦੂ ਖਵਾਰਾ ਬੜਾ ਟੌਪ ਦਾ ਅਖਬਾਰ ਰਿਹਾ ਇਸ ਦੇਸ਼ ਦਾ ਉਸ ਅਖਬਾਰ ਦੇ ਸੰਪਾਦਕ ਰਹੇ ਜਿਹੜੇ ਐਨ ਰਾਮ ਨੇ ਉਹਨਾਂ ਨੇ ਵੀ ਇਹ ਪਟੀਸ਼ਨ ਦਾ ਹਿੱਸਾ ਨੇ ਜਿਹੜੀ ਸੁਪਰੀਮ ਕੋਰਟ ਚ ਪਟੀਸ਼ਨ ਗਈ ਜਵੰਸ ਜਸਵੰਤ ਸਿਨਾ ਜਿਹੜੇ ਸਾਬਕਾ ਵਿੱਤ ਮੰਤਰੀ ਰਹੇ ਨੇ ਦੇਸ਼ ਦੇ ਕੇਂਦਰੀ ਵਿੱਤ ਮੰਤਰੀ ਹੋ ਰਹੇ ਨੇ ਤਾਂ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਪਟੀਸ਼ਨ ਪਾਈ ਸੀ ਪਰ ਸਰਕਾਰ ਬਿਲਕੁਲ ਹੀ ਬੇਸ਼ਰਮੀ ਦੇ ਨਾਲ ਕੋਟ ਗਈ ਕੋਈ ਵੀ ਗੱਲ ਦੱਸਣ ਤੋਂ ਮਨਾ ਕਰ ਦਿੱਤਾ ਸੁਪਰੀਮ ਕੋਰਟ ਵਾਰ-ਵਾਰ ਪੁੱਛਦੀ ਰਹੀ ਕਿ ਦਾ ਜਵਾਬ ਕੀ ਹੈਗਾ ਤੁਸੀਂ ਲੋਕਾਂ ਦੇ ਫੋਨਾਂ ਦੇ ਅੰਦਰ ਇੱਕ ਜਿਹੇ ਸਾਫਟਵੇਅਰ ਪਾਇਆ ਹੈਗਾ ਔਰ ਵੱਡੇ ਪੱਦਰ ਦੇ ਉੱਤੇ ਪਾਇਆ ਕਿਉਂ ਫੋਨ 'ਚੋਂ ਹਰ ਜਾਣਕਾਰੀ ਸਰਕਾਰ ਤੱਕ ਪਹੁੰਚ ਰਹੀ ਹੈ ਤੁਸੀਂ ਕੀ ਚੈਟ ਕਰ ਰਹੇ ਹੋ ਕੀ ਫੋਨ ਕਰ ਰਹੇ ਹੋ ਕੀ ਸੋਚ ਰਹੇ ਹੋਗੇ ਹਰ ਗੱਲ ਸਰਕਾਰ ਤੱਕ ਪਹੁੰਚ ਰਹੀ ਹੈ ਤਾਂ ਫਿਰ ਜਿਹੜੀ ਇਹ ਫਿਰ ਸਟੇਟ ਕਾਦੇ ਲਈ ਹੈ ਮਤਲਬ ਸਟੇਟ ਜਿਹ ਡੈਮੋਕਰੈਟਿਕ ਸਟੇਟ ਕਹਿੰਦੇ ਡੈਮੋਕਰੈਟਿਕ ਸਟੇਟ ਦੇ ਅੰਦਰ ਤਾਂ ਕੋਈ ਬੰਦਾ ਕਿਸੇ ਤਰ੍ਹਾਂ ਦੇ ਵਿਚਾਰ ਰੱਖ ਸਕਦਾ ਤੁਹਾਡੇ ਨਾਲ ਸਹਿਮਤ ਨਹੀਂ ਹੋ ਸਕਦਾ ਜੇ ਵਾਕਈ ਸਾਡੀ ਸੁਪਰੀਮ ਕੋਰਟ ਵੀ ਕਹਿੰਦੀ ਹੈ ਜੇ ਕੋਈ ਹਥਿਆਰ ਚੱਕਦਾ ਕਿਸੇ ਗੱਲ ਦੇ ਲਈ ਜੇ ਕੋਈ ਗੜਬੜ ਕਰ ਰਿਹਾ ਜੇ ਕੋਈ ਨਾਰਾ ਲਾ ਰਿਹਾ ਨਾਰਾ ਲਾਉਣਾ ਕੋਈ ਗਲਤ ਨਹੀਂ ਜੇ ਨਾਰੇ ਤੋਂ ਉੱਪਰ ਜਾ ਕੇ ਕੋਈ ਅਸਰਨ ਦੇ ਐਕਟੀਵਿਟੀ ਕਰ ਰਿਹਾ ਉਹਦੇ ਤੇ ਕਾਰਵਾਈ ਕਰੋ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਆ ਪਰ ਜੇ ਕੋਈ ਵਿਚਾਰਕ ਤੌਰ ਤੇ ਜਿਵੇਂ ਸੁਪਰੀਮ ਕੋਰਟ ਦੀ ਇੱਕ ਬੜੀ ਸ਼ਾਨਦਾਰ ਜੱਜਮੈਂਟ ਸੀ ਸਲਵਾ ਜੋੜਮਾਲੇ ਮਸਲੇ 'ਚ ਉਹਨਾਂ ਨੇ ਕਿਹਾ ਸੀ ਗਾਂਧੀ ਨੂੰ ਪੜਨ ਨਾਲ ਕੋਈ ਗਾਂਧੀ ਐ ਨਹੀਂ ਹੁੰਦਾ ਇਸੇ ਤਰੀਕੇ ਦੇ ਨਾਲ ਕਿਸੇ ਹੋਰ ਗੱਲ ਨੂੰ ਪੜਨ ਦੇ ਨਾਲ ਕੋਈ ਉਹ ਹੋ ਨਹੀਂ ਜਾਂਦਾ ਚੀਜ਼ਾਂ ਨੂੰ ਪੜਨਾ ਤੇ ਹੋਣਾ ਜਿਵੇਂ ਆਪਾਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਪੜਦੇ ਆ ਪਰ ਸਾਰੇ ਬਹੁਤ ਵਧੀਆ ਸਿੱਖ ਹੁੰਦੇ ਆ ਜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਲਿਖਿਆ ਗੁਰਦੁਆਰਾ ਸਾਹਿਬ ਜਾ ਕੇ ਸਾਰੇ ਉਹ ਸ਼ਬਦ ਸੁਣਦੇ ਆ ਕਿ ਸਾਰੇ ਉਸ ਤਰ੍ਹਾਂ ਹੋ ਜਾਂਦੇ ਨਹੀਂ ਨਹੀਂ ਹੁੰਦੇ ਨਾ ਬਹੁਤ ਥੋੜੇ ਹੁੰਦੇ ਨੇ ਜਿਹੜੇ ਪਰਪੱਕ ਹੁੰਦੇ ਨੇ ਉਹ ਗੱਲ ਦੇ ਉੱਤੇ ਕੋਈ ਵੀ ਵਿਚਾਰ ਆ ਕੋਈ ਵੀ ਗੱਲ ਆ ਦੁਨੀਆ ਭਰ ਦੀ ਇਸ ਕਰਕੇ ਇਸ ਗੱਲ ਦੇ ਉੱਤੇ ਇਹ ਤਾਂ ਮੈਂ ਇੱਕ ਰੈਫਰੈਂਸ ਲਈ ਕਹਿ ਰਿਹਾ ਇੱਕ ਉਦਾਹਰਨ ਲਈ ਮੈਂ ਗੱਲ ਦੱਸੀ ਹੈਗੀ ਜਿਵੇਂ ਸੁਪਰੀਮ ਕੋਰਟ ਨੇ ਵੀ ਇਹ ਗੱਲਾਂ ਕਹੀਆਂ ਸੀਗੀਆਂ ਕਿ ਕੋਈ ਵੀ ਬੰਦਾ ਕਿਸੇ ਵਿਚਾਰ ਨਾਲ ਜੁੜੇ ਦਾ ਮਤਲਬ ਇਹ ਥੋੜੀ ਹੈਗਾ ਕਿ ਉਹ ਕਿਸ ਐਕਸਟ੍ਰੀਮ ਤੱਕ ਜਾ ਰਿਹਾ ਕਿਵੇਂ ਮੰਨ ਰਿਹਾ ਕਿਸੇ ਚੀਜ਼ ਨੂੰ ਪੜਨਾ ਤੇ ਉਸ ਦੇ ਨਾਲ ਉਸ ਪੱਧਰ ਤੱਕ ਜੁੜਨਾ ਕਿਸ ਉ ਕੋਈ ਵੀ ਵਿਚਾਰ ਹੋ ਸਕਦਾਗਾ ਤਾਂ ਉਹ ਉਹ ਜ਼ਰੂਰੀ ਨਹੀਂ ਹੈਗਾ ਇਸ ਕਰਕੇ ਇਹ ਬੜੀ ਸ਼ਰਮਨਾਕ ਗੱਲ ਸੀ ਪਰ ਸੁਪਰੀਮ ਕੋਰਟ ਦਾ ਰੋਲ ਬਹੁਤ ਵਧੀਆ ਰਿਹਾ ਔਰ ਉਮੀਦ ਹੈ ਕਿ ਕਮੇਟੀ ਦਾ ਰੋਲ ਵੀ ਵਧੀਆ ਰਹੇਗਾ ਜੇ ਕਮੇਟੀ ਦੁੱਧਾ ਦੁੱਧ ਪਾਣੀ ਦਾ ਪਾਣੀ ਕਰੇਗੀ ਤਾਂ 100% ਸਰਕਾਰ ਨੂੰ ਕੋਈ ਨਾ ਕੋਈ ਅਸਰ ਜ਼ਰੂਰ ਪਾਏਗਾ ਸਰਕਾਰ ਸੋਚੇਗੀ ਨਹੀਂ ਤਾਂ ਫਿਰ ਨਿੱਜੀ ਲੋਕਾਂ ਦੀਆਂ ਇੱਕ ਤਰ੍ਹਾਂ ਜ਼ਿੰਦਗੀਆਂ ਦੇ ਨਾਲ ਖੇਡਣ ਵਾਲੀ ਗੱਲ ਆ ਇਹ ਤੁਸੀਂ ਕਿਸੇ ਦੇ ਬਾਰੇ ਵੀ ਕੋਈ ਜਾਣਕਾਰੀ ਇਕੱਠੀ ਕਰਕੇ ਉਹਨੂੰ ਐਕਸਪਲੋਏਟ ਕਰ ਸਕਦੇ ਹੋ ਉਹਨੂੰ ਕੁਝ ਵੀ ਕਰ ਸਕਦੇ ਹੋ ਤੇ ਇਸ ਕਰਕੇ ਇਹ ਬੜੀ ਸ਼ਰਮਨਾਕ ਗੱਲ ਆ ਜਿਹੜੀ ਸਰਕਾਰ ਨੇ ਕੀਤੀ ਪਰ ਸੁਪਰੀਮ ਕੋਰਟ ਦਾ ਰੋਲ ਬਿਹਤਰ ਨਜ਼ਰ ਆ ਰਿਹਾ ਯੂਪੀਏ ਦੀ ਸਰਕਾਰ ਦੇ ਵਿੱਚ ਵੀ ਕਈ ਵਾਰ ਸਾਹਮਣੇ ਆਇਆ ਕਿ ਵਿਰੋਧੀਆਂ ਦੇ ਫੋਨ ਟੈਪ ਕਰਾਉਂਦੀਆਂ ਗੱਲਾਂ ਚੱਲਦੀਆਂ ਰਹੀਆਂ ਨੇ ਇਸ ਵਾਰ ਹੁਣ ਐਨਡੀਏ ਦੀ ਸਰਕਾਰ 'ਚ ਵੀ ਪੈਗਸਸ ਦਾ ਮਾਮਲਾ ਆ ਗਿਆ ਅਜੀਹਾ ਕਿਉਂ ਹੁੰਦਾ ਉਹ ਤਾਂ ਮੈਂ ਉਹੀ ਕਹਿ ਰਿਹਾ ਪੈਗਸਸ ਦਾ ਚਲੋ ਕਿਉਂਕਿ ਵੱਡੇ ਪੱਧਰ 'ਤੇ ਆ ਗਿਆ ਕਿ ਕਿਸ ਤਰੀਕੇ ਨਾਲ ਤੁਹਾਡੀ ਕੱਲੀ-ਕੱਲੀ ਗੱਲ ਜਾ ਰਹੀ ਹੈ ਸਰਕਾਰ ਕੋਲੇ ਪਰ ਇਹ ਪਹਿਲਾਂ ਵੀ ਰਿਹਾ ਕਿ ਫੋਨ ਟੈਪ ਕਰਾਏ ਜਾਂਦੇ ਨੇ ਉਹਦਾ ਰਾਹ ਵਿਰੋਧੀ ਤਰ੍ਹਾਂ ਵੀ ਆਪਦੇ ਲੈਵਲ 'ਤੇ ਕਰਦੇ ਨੇ ਪੰਜਾਬ ਦੇ ਅੰਦਰ ਵੀ ਇਹ ਸਵਾਲ ਉੱਠਦਾ ਰਿਹਾ ਕਿ ਪੰਜਾਬ 'ਚ ਵੀ ਫੋਨ ਟੈਪ ਇਲਜ਼ਾਮ ਲਾਉਂਦੇ ਰਹੇ ਨੇ ਅਕਾਲੀ ਗਲਤੀ ਸਰਕਾਰ ਟਾਈਮ ਕਾਂਗਰਸੀ ਕਹਿੰਦੇ ਨੇ ਕਾਂਗਰਸ ਦੀ ਸਰਕਾਰ ਟਾਈਮ ਅਕਾਲੀ ਕਹਿੰਦੇ ਰਹੇ ਔਰ ਦੇਸ਼ ਦੇ ਅੰਦਰ ਵੀ ਆ ਰਿਹਾਗਾ ਜਦੋਂ ਕਾਂਗਰਸ ਦੀ ਸਰਕਾਰ ਸੀ ਯੂਪੀਏ ਦੀ ਸਰਕਾਰ ਸੀ ਉਦੋਂ ਵੀ ਬੀਜੇਪੀ ਲਗਾਤਾਰ ਇਹ ਸਵਾਲ ਖੜੇ ਕਰਦੇ ਰਹੀ ਆ ਬੀਜੇਪੀ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸਵਾਲ ਖੜੇ ਕੀਤੇ ਕਿ ਕੀ ਹੋ ਰਿਹਾ ਇਸ ਦੇਸ਼ ਦੇ ਅੰਦਰ ਇਸ ਕਰਕੇ ਇਹ ਚੀਜ਼ਾਂ ਤਾਂ ਹੈ ਹੀ ਪਰ ਇਹਨਾਂ ਚੀਜ਼ਾਂ ਨੂੰ ਟਰੈਕ ਤੇ ਲਿਆਉਣ ਲਈ ਨਹੀਂਗਾ ਕਿ ਜੇ ਉਹ ਕਰਦੇ ਸੀ ਉਹ ਤਾਂ ਘੱਟ ਕਰਦੇ ਸੀ ਤੁਸੀਂ ਉਦੋਂ ਵੱਧ ਕਰਨ ਲੱਗ ਜਾਓ ਜਿਹੜੇ ਸਵਾਲ ਉਠਾਉਂਦੇ ਸੀ ਕਿ ਉਹ ਗਲਤ ਕਰ ਰਹੇ ਨੇ ਉਹ ਉਦੋਂ ਵੀ ਜ਼ਿਆਦਾ ਅੱਗੇ ਚਲੇ ਜਾਣ ਇਹ ਨਹੀਂ ਨਾ ਕਿਹਾ ਜਾ ਸਕਦਾ ਕਿ ਫਲਾਨਾ ਇਹ ਕਰ ਰਿਹਾ ਹੈਗਾ ਜਸਟੀਫਿਕੇਸ਼ਨ ਤਾਂ ਹੈ ਨਹੀਂ ਕੋਈ ਇਸ ਕਰਕੇ ਮੈਂ ਵੀ ਕਰ ਰਿਹਾ ਹਾਂਗਾ ਕੋਈ ਬੰਦਾ ਗਲਤ ਕਰ ਰਿਹਾ ਕੋਈ ਦੂਜਾ ਕਹੇ ਵੀ ਇਹ ਗਲਤ ਕਰ ਰਿਹਾ ਤੇ ਮੈਂ ਵੀ ਗਲਤ ਕਰ ਰਿਹਾ ਹਾਂਗਾ ਇਸ ਕਰਕੇ ਇਹ ਨਹੀਂ ਆ ਪਰ ਆਪਾਂ ਇਹ ਗੱਲ ਬਿਲਕੁਲ ਠੀਕ ਆ ਕਿ ਗੱਲ ਬੀਜੇਪੀ ਦੀ ਹੀ ਨਹੀਂ ਆ ਇਸ ਦੇ ਜਿੰਨੀਆਂ ਸਰਕਾਰਾਂ ਰਾਜਾਂ ਚ ਨੇ ਕੇਂਦਰ ਚ ਨੇ ਉਹ ਅਜਿਹਾ ਬਹੁਤ ਸਾਰਾ ਕੁਝ ਕਰਦਿਆਂ ਰਹੀਆਂ ਨੇ ਪਰ ਇਹਨਾਂ ਨੇ ਉਹ ਕਹਦੇ ਕਿ ਇਹਨਾਂ ਨੇ ਬਹੁਤ ਸਿਖਰਲੇ ਲੈਵਲ ਦੇ ਉੱਤੇ ਪੈਕਸਸ ਦਾ ਮਤਲਬ ਤਾਂ ਮਲ ਹਰ ਜਾਣਕਾਰੀ ਤੁਹਾਡੀ ਹਰ ਨਿੱਕੀ ਨਿੱਕੀ ਜਾਣਕਾਰੀ ਤੁਹਾਡੀ ਸਰਕਾਰ ਕੋਲੇ ਪਹੁੰਚਦੀ ਔਰ ਤੁਹਾਨੂੰ ਨਹੀਂ ਪਤਾ ਤੁਹਾਡੇ ਫੋਨ 'ਚ ਹੈ ਜਾਂ ਨਹੀਂ ਆ ਇੱਕ ਬੱਗ ਦੇ ਰੂਪ ਦੇ ਅੰਦਰ ਆ ਜਾਏਗਾ ਕੋਈ ਚੀਜ਼ ਤੁਸੀਂ ਡਾਊਨਲੋਡ ਕਰੋਗੇ ਮੰਨ ਲਓ ਮੇਲ ਤੋਂ ਉਹਦੇ 'ਚ ਪੈਕਸਸ ਹੋਏਗਾ ਤੁਹਾਡੇ ਫੋਨ 'ਚ ਪੈ ਜਾਏਗਾ ਤੁਹਾਨੂੰ ਨਹੀਂ ਪਤਾ ਹੋਏਗਾ ਬਹੁਤ ਸਾਰੇ ਪੱਤਰਕਾਰਾਂ ਦੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਪੱਤਰਕਾਰਾਂ ਦੇ ਵੀ ਕੀਤਾ ਗਿਆ ਇਹ ਬਹੁਤ ਸਾਰੇ ਸੋਸ਼ਲ ਐਕਟਿਵਿਸਟਾਂ ਦਾ ਕੀਤਾ ਗਿਆ ਪੋਲਿਟੀਕਲ ਐਕਟਿਵਿਸਟਾਂ ਦਾ ਕੀਤਾ ਗਿਆ ਜਿਹੜੇ ਸਰਕਾਰ ਨਾਲ ਸਹਿਮਤੀ ਨਹੀਂ ਰੱਖਦੇ ਵਿਚਾਰਕ ਤੌਰ ਦੇ ਉੱਤੇ ਜਿਹੜੇ ਹੋਰ ਤਰ੍ਹਾਂ ਸੋਚਦੇ ਨੇ ਸਰਕਾਰ ਤੋਂ ਉਹਨਾਂ ਸਾਰਿਆਂ ਨੂੰ ਇਸ ਗੱਲ ਦੇ ਲਈ ਟਾਰਗੇਟ ਕੀਤਾ ਗਿਆ ਤੇ ਬਹੁਤ ਸ਼ਰਮਨਾ ਗੱਲ ਸੀ ਪਰ ਇਹ ਗੱਲ ਠੀਕ ਆ ਕਿ ਯੂਪੀਏ ਦੇ ਟਾਈਮ ਵੀ ਹੋਰ ਸਰਕਾਰਾਂ ਵੀ ਇਹ ਕੁਝ ਕਰਦੇ ਨੇ ਇਸ ਕਰਕੇ ਜੇ ਲੋਕਤੰਤਰ ਦੇ ਕਹਨੇ ਹੋ ਕਿ ਵਾਕਈ ਤੁਹਾਡਾ ਲੋਕਤੰਤਰ ਆ ਤੇ ਅਮੀਰ ਹੋਵੇ ਵਧੀਆ ਹੋਵੇ ਬਿਹਤਰ ਹੋਵੇ ਤਾਂ ਫਿਰ ਤੁਹਾਨੂੰ ਐਗਜ਼ਾਮਪਲਾਂ ਸੈੱਟ ਕਰਨੀਆਂ ਪੈਂਦੀਆਂ ਨਾ ਕਿ ਇਹੋ ਜਿਹਾ ਕੁਝ ਕਰਨਾ ਪੈਂਦਾ ਜੇ ਦੁਨੀਆ ਦੇ ਅੰਦਰ ਵੱਡਾ ਲੋਕਤੰਤਰ ਕਹਨੇ ਹੋ ਉਹਨੂੰ ਵਧੀਆ ਲੋਕਤੰਤਰ ਵੀ ਹੈ ਵੱਡਾ ਲੋਕਤੰਤਰ ਕਿਹਾ ਜਾਂਦਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਵਧੀਆ ਲੋਕਤੰਤਰ ਕੀ ਕੁਆਲਿਟੀ ਲੋਕਤੰਤਰ ਕੀ ਹੈ ਕਿ ਹਾਂ ਤੁਸੀਂ ਇਹੋ ਜਿਹਾ ਐਗਜ਼ਾਮਪਲਾਂ ਸੈੱਟ ਕਰੋ ਦੁਨੀਆ ਤੁਹਾਡੀ ਬੱਲੇ ਬੱਲੇ ਕਰੇ ਕਿ ਆਵੀ ਮੁਲਕਾ ਜਿੱਥੇ ਵਿਚਾਰਾਂ ਦੀ ਆਜ਼ਾਦੀ ਲੋਕਤੰਤਰ ਦੇ ਅੰਦਰ ਇੱਕੋ ਗੱਲ ਮੰਨੀ ਜਾਂਦੀ ਹੈ ਕਿ ਕਿਸੇ ਦੂਜੇ ਨੂੰ ਤੁਸੀਂ ਕਿੰਨੀ ਵਿਚਾਰਾਂ ਦੀ ਆਜ਼ਾਦੀ ਦੇਣੇ ਹਰ ਤਰ੍ਹਾਂ ਦੀ ਆਜ਼ਾਦੀ ਹੈ ਜਿਹੜੀ ਜਿੱਥੇ ਬਹੁਤ ਸਾਰੀ ਟੋਲਰੈਂਸ ਹੋਵੇ ਯਾਨੀ ਕੋਈ ਕਿਸੇ ਵਿਚਾਰ ਦਾ ਹੋਵੇ ਪਰ ਇੱਕ ਦੂਜੇ ਦੇ ਨਾਲ ਫਿਰ ਵੀ ਮਿਲ ਜੁਲ ਕੇ ਚੱਲਿਆ ਜਾਵੇ ਵਿਚਾਰ ਕਿਸੇ ਦੇ ਅਲੱਗ-ਅਲੱਗ ਹੋ ਸਕਦੇ ਵੈਸੇ ਤਾਂ ਹੁਣ ਜਿਵੇਂ ਮੰਨ ਲਓ ਕਾਂਗਰਸ ਆਪ ਵਿਚ ਕਿੰਨੀਆਂ ਪਾਰਟੀਆਂ ਨੇ ਪਾਰਟੀਆਂ ਵੀ ਤਾਂ ਆਬਵੀਅਸਲੀ ਤਾਂ ਹੀ ਬਣੀਆਂ ਨੇ ਨਾ ਕਿ ਵਿਚਾਰਕ ਤੌਰ ਤੇ ਇੱਕ ਨੀ ਨੀ ਤਾਂ ਫਿਰ ਇੱਕ ਹੀ ਹੋ ਜਾਣ ਸਾਰੀਆਂ ਆਰਸਾ ਸੂਰਤਾਂ ਸੋਚਦੀ ਹੈ ਕਾਂਗਰਸ ਸੂਰਤਾਂ ਸੋਚਦੀ ਹੈ ਗਾਂਧੀ ਹੋਰ ਤਰਾ ਸੋਚ ਰਏ ਸੀ ਅਰਸ ਸੂਤਰਾਂ ਸੋਚ ਰਹੀ ਸੀ ਤਾਂ ਆਜ਼ਾਦੀ ਵੇਲੇ ਦੇ ਡਿਫਰੈਂਸ ਨੇ ਆਜ਼ਾਦੀ ਵੇਲੀਆਂ ਕਿੰਨੀਆਂ ਧਰਾਵਾਂ ਸੀਗੀਆਂ ਕਿਸੇ ਨੂੰ ਗਰਮ ਧੜਾ ਕਿਹਾ ਜਾਂਦਾ ਸੀ ਕਿਸੇ ਨੂੰ ਨਰਮ ਧੜਾ ਕਿਹਾ ਜਾਂਦਾ ਸੀ ਇੱਕ ਪਾਸੇ ਭਗਤ ਸਿੰਘ ਹੋ ਰਹੀ ਸੀ ਦੂਜੇ ਪਾਸੇ ਗਾਂਧੀ ਹੋ ਰਹੀ ਸੀ ਪਰ ਸਾਰਾ ਕੁਝ ਚੱਲਦਾ ਨਾ ਨਾਲੋਂ ਨਾਲ ਇਸ ਕਰਕੇ ਇਹ ਨਹੀਂਗਾ ਕਿ ਜੇ ਤੁਹਾਨੂੰ ਕੋਈ ਦੁੱਖ ਰਿਹਾ ਹੈਗਾ ਤੁਸੀਂ ਕੋ ਨਹੀਂ ਇਹਨੂੰ ਐਲੀਮੀਨੇਟ ਕਰ ਦੋ ਇਹ ਨਹੀਂ ਰਹਿਣਾ ਚਾਹੀਦਾ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਬਚਣ ਦੀ ਲੋੜ ਆ ਲੋਕਤੰਤਰ ਤਾਂ ਹੀ ਮਜ਼ਬੂਤ ਹੁੰਦਾ ਹੈ ਲੋਕਤੰਤਰ ਵਧੀਆ ਉਹ ਮੰਨਿਆ ਜਾਂਦਾ ਜਿੱਥੇ ਹਰ ਤਰ੍ਹਾਂ ਦੀ ਆਜ਼ਾਦੀ ਹੋਵੇ ਜਿੱਥੇ ਨਹੀਂ ਹੈ ਕਿ ਤੁਸੀਂ ਵਿਚਾਰ ਰੱਖਣ ਕਰਕੇ ਟਾਰਗੇਟ ਕੀਤੇ ਜਾਓ ਕਿ ਤੁਹਾਡੇ ਇਹ ਵਿਚਾਰ ਨਹੀਂ ਆ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿਉਂ ਸਹਿਮਤ ਹੋ ਅਸੀਂ ਤੁਹਾਨੂੰ ਟਾਰਗੇਟ ਕਰਾਂਗੇ ਚਾਹੇ ਕਾਂਗਰਸ ਹੋਵੇ ਭਾਜੀਪੀ ਹੋਵੇ ਇਹ ਦੇਸ਼ ਕਾਂਗਰਸ ਤੇ ਭਾਜੀਪੀ ਨਹੀਂ ਆ ਇਹ ਦੇਸ਼ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਸਾਰੇ ਸੂਬਿਆਂ ਚੋਂ ਸਾਰੇ ਧਰਮਾਂ ਚੋਂ ਸਾਰੇ ਲੋਕਾਂ ਨੇ ਦਿੱਤੀਆਂ ਨੇ ਔਰ ਚਾਹੀਦਾ ਇਹ ਹੈਗਾ ਕਿ ਉਸ ਗੱਲ ਨੂੰ ਬਚਾ ਕੇ ਰੱਖਿਆ ਜਾਵੇ ਠੀਕ ਹੈ ਡੈਮੋਕ੍ਰੇਸੀ ਕਦੇ ਵੀ ਅਲਟੀਮੇਟ ਨਹੀਂ ਹੁੰਦੀ ਅਲਟੀਮੇਟ ਕੋਈ ਵੀ ਸਿਸਟਮ ਨਹੀਂ ਹੁੰਦਾ ਬੰਦੇ ਕਹਿੰਦੇ ਜੀ ਆ ਗੜਬੜਾ ਨੇ ਗੜਬੜਾ ਕਿਹੜੇ ਸਿਸਟਮ ਚ ਨਹੀਂ ਹੁੰਦੀਆਂ ਤਨਨਾਸ਼ਾਈ ਦੇ ਅੰਦਰ ਸਿਖਰ ਦੇ ਆਪਾਂ ਦੇਖਿਆ ਕੀ ਕੁਝ ਹੋਇਆਗਾ ਦੁਨੀਆ ਭਰ ਦੀਆਂ ਤਾਨਾਸ਼ਾਈਆਂ ਦੇ ਅੰਦਰ ਉਹ ਤਾਂ ਪਤਾ ਹੀ ਹੁੰਦਾ ਕਿ ਉਹ ਤਾਂ ਬੋਲਣਾ ਗੁਨਾਹ ਹੀ ਐ ਸਿੱਧਾ ਗਲੀ ਵੱਡ ਦਿੱਤਾ ਜਾਂਦਾਗਾ ਕੋਈ ਜਸਟੀਫਿਕੇਸ਼ਨ ਹੀ ਨਹੀਂ ਹੁੰਦੀ ਦੁਨੀਆ ਦਾ ਕੋਈ ਵੀ ਸਿਸਟਮ ਅਲਟੀਮੇਟ ਨਹੀਂ ਆ ਨਾ ਹੀ ਡੈਮੋਕ੍ਰੇਸੀ ਅਲਟੀਮੇਟ ਆ ਡੈਮੋਕ੍ਰੇਸੀ 'ਚ ਘਾਟਾਂ ਕਮੀਆਂ ਹੋਣਗੀਆਂ ਘਾਟਾਂ ਕਮੀਆਂ ਕਿਹੜੇ ਸਿਸਟਮ 'ਚ ਨਹੀਂ ਹੁੰਦੀਆਂ ਦੁਨੀਆ ਦਾ ਇੱਕ ਸਿਸਟਮ ਦਿਖਾਓ ਦੀ ਜਿ ਘਾਟਾਂ ਕਮੀਆਂ ਨਹੀਂ ਵਿਆਪੂਰਨਾ ਹਰ ਸਿਸਟਮ 'ਚ ਕੋਈ ਗੜਬੜਾਂ ਹੁੰਦੀਆਂ ਨੇ ਜਿੰਨਾ ਮਰਜ਼ੀ ਪੜ ਪੜ ਕੇ ਦੇਖ ਲਓ ਪੁਰਾਣਾ ਜਿੰਨੀ ਹਿਸਟਰੀ 'ਚ ਤੁਸੀਂ ਇਸ ਡੈਮੋਕ੍ਰੇਸੀ ਨੂੰ ਬਿਹਤਰ ਕਿਵੇਂ ਬਣਾਉਣਾ ਹੈ ਐਵਾਲਵ ਹੁੰਦੀ ਹੈ ਡੈਮੋਕ੍ਰੇਸੀ ਜੇ ਬੰਦਾ ਐਵਾਲਵ ਹੁੰਦਾ ਬੰਦਾ ਉਹ ਜਾਂ ਤਾਂ ਨਹੀਂ ਹੁੰਦਾ 18 ਸਾਲ ਦਾ ਹੋਰ ਤਰ੍ਹਾਂ ਦਾ ਹੁੰਦਾ 25 ਸਾਲ ਦਾ ਹੋਰ ਹੁੰਦਾ 40 ਦਾ ਹੋਰ ਹੁੰਦਾ 60 ਦਾ ਹੋਰ ਹੁੰਦਾ ਉਸੇ ਤਰ੍ਹਾਂ ਡੈਮੋਕ੍ਰੇਸੀ ਹੈ ਜਿਉਂ-ਜਿਉ ਮੈਚੁਰ ਹੁੰਦੀ ਜਾਂਦੀ ਹੈ ਤਿਉਂ-ਤਿਉ ਅਮੀਰ ਹੁੰਦੀ ਜਾਂਦੀ ਹੈ ਪਰ ਉਹਦੀ ਅਮੀਰੀ ਇਸੇ ਗੱਲ 'ਚ ਆ ਕਿ ਵਿਚਾਰਾਂ ਦੀ ਆਜ਼ਾਦੀ ਹਰ ਤਰ੍ਹਾਂ ਦੀ ਆਜ਼ਾਦੀ ਉੱਥੇ ਹੋਣੀ ਚਾਹੀਦੀ ਹੈ ਨਾ ਕਿ ਇਹ ਕੀ ਕੋਈ ਵਿਚਾਰਾਂ ਦੀ ਆਜ਼ਾਦੀ ਕਰਕੇ ਕਿਸੇ ਨੂੰ ਟਾਰਗੇਟ ਕੀਤਾ ਜਾਵੇ